ਚੜ੍ਹਦੀ ਕਲਾ ਟਾਈਮ ਟੀਵੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਕਰੋਨਾ ਵਾਇਰਸ ਦਾ ਕਹਿਰ ਚੱਲ ਰਿਹਾ ਹੈਗਾ, ਵਾਰ ਵਾਰ ਸਰਕਾਰ ਦੀਆਂ ਜਿਹੜੀਆਂ ਅਪੀਲਾਂ ਕਰਨ ਦੇ ਬਾਵਜੂਦ, ਵਾਰ ਵਾਰ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਮਝਾਉਣ ਦੇ ਬਾਵਜੂਦ, ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਹਿਣ ਦੇ ਬਾਵਜੂਦ ਕਿ ਤੁਸੀਂ ਘਰਾਂ ਤੋਂ ਬਾਹਰ ਨਾ ਨਿਕਲੋ, ਅੱਜ ਲੋਕ ਤੁਸੀਂ ਦੇਖ ਸਕਦੇ ਹੋ ਕਿ ਇਹ ਇੱਕ ਡਿਪਾਰਟਮੈਂਟਲ ਜਿਹੜਾ ਸਟੋਰ ਆ, ਮੈਂ ਆਪਣੇ ਕੈਮਰਾਮੈਨ ਨੂੰ ਚਾਹਾਂਗੀ ਕਿ ਉਹ ਸਾਰੀਆਂ ਤਸਵੀਰਾਂ ਤੁਹਾਨੂੰ ਦਿਖਾ ਦੇਵੇ। ਅਮਿਤ ਡਿਪਾਰਟਮੈਂਟਲ ਸਟੋਰ ਹੈ, ਫੇਸ 11 ਦੇ ਵਿੱਚ ਇੱਕ ਮਹਿਲਾ ਪੁਲਿਸ ਅਧਿਕਾਰੀ ਹੈਗੀ ਜਿਹੜੀ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਮਨਾ ਕਰ ਰਹੀ ਹੈਗੀ, ਲੋਕਾਂ ਨੂੰ ਮਨਾ ਕੀਤਾ ਜਾ ਰਿਹਾ ਕਿ ਤੁਸੀਂ ਘਰਾਂ ਤੋਂ ਨਾ ਨਿਕਲੋ। ਮਹਿਲਾ ਪੁਲਿਸ ਅਧਿਕਾਰੀ ਵੀ ਵਾਰ ਵਾਰ ਹੱਥ ਜੋੜ ਕੇ ਬੇਨਤੀ ਕਰ ਰਹੀ ਹੈ, ਕਹਿ ਰਹੀ ਹੈ ਕਿ ਤੁਸੀਂ ਘਰਾਂ ਤੋਂ ਬਾਹਰ ਨਾ ਨਿਕਲੋ, ਲੇਕਿਨ ਲੋਕਾਂ ਨੂੰ ਸ਼ਾਇਦ ਆਪਣੀ ਜਿਹੜੀ ਡਰ ਹੈ ਜਾਨ ਦੀ ਜਿਹੜੀ ਹੈਗੀ ਹੈਗੀ ਪਰਵਾਹ ਨਹੀਂ, ਲੋਕ ਲਗਾਤਾਰ ਘਰਾਂ ਤੋਂ ਬਾਹਰ ਨਿਕਲ ਰਹੇ ਨੇ। ਕੁਝ ਲੋਕ ਇੱਥੇ ਨਿਕਲੇ ਹੋਏ ਨੇ ਆਪਣਾ ਸਮਾਨ ਖਰੀਦਣ ਲਈ, ਹਾਲਾਂਕਿ ਲੋਕਾਂ ਦੇ ਵਿੱਚ ਲੜਾਈ ਝਗੜੇ ਦੇ ਵੀ ਜਿਹੜੇ ਨੇ ਆਸਾਰ ਬਣੇ ਹੋਏ ਨੇ, ਲੜਾਈ ਝਗੜੇ ਕਿਉਂਕਿ ਮਾਹੌਲ ਇੱਥੇ ਇੱਦਾਂ ਦਾ ਪੈਦਾ ਹੋਇਆ ਪਿਆ। ਇੱਥੇ ਇੱਕ ਸਰਦਾਰ ਜੀ ਹੈਗੇ ਨੇ ਜਿਹੜੇ ਕਿ ਹੁਣੀ ਇਹਨਾਂ ਦੀ ਇੱਕ ਸ਼ਿਕਾਇਤ ਹੈ ਕਿ ਮੈਨੂੰ ਸਮਾਨ ਨਹੀਂ ਦਿੱਤਾ ਜਾ ਰਿਹਾ, ਹੋਰ ਲੋਕ ਸਮਾਨ ਲੈ ਕੇ ਗਏ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਨਹੀਂ ਦੇ ਰਹੇ, ਕਹਿੰਦੇ ਨਹੀਂ ਦੇਣਾ, ਘੱਟੋ ਘੱਟ 300-400 ਥੈਲੀ ਆਟੇ ਦੀ ਪਈ ਉਹਨਾਂ ਕੋਲ, ਲੇਕਿਨ ਕਹਿੰਦੇ ਇੱਕ ਥੈਲੀ ਆਟੇ ਦੀ ਵੀ ਨਹੀਂ ਦੇਣੀ। ਕਾਰਨ ਕੀ ਹੈ ਜੀ, ਤੁਸੀਂ ਘਰ ਤੋਂ ਬਾਹਰ ਨਿਕਲ ਗਏ ਹੋ, ਤੁਹਾਨੂੰ ਕਿਉਂਕਿ ਜਿਹੜੇ ਕਿ ਹੈਲਪਲਾਈਨ ਨੰਬਰ ਹੈਗੇ ਸਾਰੇ ਜਿਹੜੇ ਵਾਰਡਾਂ ਦੇ ਦਿੱਤੇ ਗਏ ਨੇ ਤੁਹਾਡੇ ਕੋਲ, ਕੀ ਉਹ ਵਾਰਡ ਦਾ ਤੁਹਾਡੇ ਕੋਲ ਆਪਣਾ ਕੋਈ ਹੈਲਪਲਾਈਨ ਨੰਬਰ ਹੈਗਾ ਹੈਗਾ ਜਿਸ 'ਤੇ ਤੁਸੀਂ ਕਾਲ ਕਰਕੇ ਆਪ ਸਮਾਨ ਮੰਗਾ ਸਕਦੇ ਹੋ? ਸਾਨੂੰ ਕੁਛ ਨਹੀਂ ਇਹਨਾਂ ਨੇ ਦਿੱਤਾ ਜੀ ਸਰ, ਕਹਿੰਦੇ ਦੁਕਾਨਾਂ ਕਰਿਆਨੇ ਦੁਕਾਨਾਂ ਖੁੱਲ੍ਹੀਆਂ ਹੋਣਗੀਆਂ, ਤੁਹਾਨੂੰ ਸਾਰਾ ਸਮਾਨ ਮਿਲੇਗਾ, ਲੇਕਿਨ ਮੈਂ ਸਿਰਫ ਆਟੇ ਦੀ ਥੈਲੀ ਲੈਣ ਆਇਆ ਔਰ ਉਹ ਵੀ ਨਹੀਂ ਦੇ ਰਹੇ, ਔਰ ਇੱਕ ਘੰਟਾ ਹੋ ਗਿਆ ਮੈਨੂੰ ਖੜ੍ਹੇ ਰਿਕੁਐਸਟਾਂ ਕਰਦੇ ਉਹਨਾਂ ਨੂੰ, ਨਹੀਂ ਦੇ ਰਹੇ ਬਿਲਕੁਲ, ਇੱਕ ਥੈਲੀ ਤੱਕ ਨਹੀਂ ਦੇ ਰਹੇ, ਇੱਕ ਥੈਲੀ ਕਰਨੀ ਖੜ੍ਹੀ ਆ, ਸਾਰੇ ਮੰਗ ਰਹੇ, ਉਹ ਡਿਪਾਰਟਮੈਂਟਲ ਫੁੱਲ ਹੈ, ਸਭ ਕੁਛ ਪਿਆ ਅੰਦਰ ਭਰਿਆ ਪਿਆ ਡਿਪਾਰਟਮੈਂਟਲ, ਆਟੇ ਦੀਆਂ ਥੈਲੀਆਂ ਮੈਂ ਕਿਹਾ 300 ਪਈਆਂ ਹੋਣੀਆਂ, ਇੱਕ ਥੈਲੀ ਨਹੀਂ ਕਿਸੇ ਦੇ ਰਹੇ, ਕਹਿੰਦੇ ਫੋਨ 'ਤੇ ਮੰਗਵਾਓ ਜੀ ਤੁਹਾਡੇ। ਜਿਵੇਂ ਕਿ ਇਹਨਾਂ ਨੇ ਕਹਿ ਦੇ ਦੱਸਿਆ ਹੈਗਾ ਜੀ, ਇਹ ਐਡਵੋਕੇਟ ਜੀ ਇੱਥੇ ਫੇਸ 11 ਮੋਹਾਲੀ ਤੋਂ, ਅਤੇ ਇਹ ਇੱਥੇ ਜਿਹੜਾ ਹੈਗਾ ਆਟਾ ਲੈਣ ਲਈ ਆਏ ਸੀ, ਕਿਉਂਕਿ ਇਹਨਾਂ ਦੇ ਕੋਲ ਜਿਹੜੇ ਹੈਗੇ ਨੇ ਐਮਰਜੈਂਸੀ ਜਿਹੜੇ ਨੰਬਰ ਹੈਗੇ ਨੇ, ਜਿਹੜੇ ਹੈਲਪਲਾਈਨ ਨੰਬਰ ਨੇ ਇਹਨਾਂ ਦੇ ਕੋਲ ਹੈਗੇ ਨਹੀਂ। ਸੋ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਘਰਾਂ ਦੇ ਵਿੱਚ ਤਾਂ ਬੰਦ ਕਰ ਦਿੱਤਾ ਹੈ ਸਰਕਾਰ ਨੇ, ਲੇਕਿਨ ਲੋਕਾਂ ਦੇ ਤੱਕ ਇਹ ਸੰਦੇਸ਼ ਪਹੁੰਚਾਉਣਾ ਕਿ ਇਹ ਹੈਲਪਲਾਈਨ ਨੰਬਰ ਜਿਹੜੇ ਨੇ ਤੁਹਾਡੇ ਲਈ ਦਿੱਤੇ ਗਏ ਨੇ। ਬਹੁਤੀ ਵਾਰੀ ਇਹ ਵੀ ਦੇਖਣ ਦੇ ਵਿੱਚ ਆਇਆ ਹੈ ਕਿ ਜਿਹੜੇ ਹੈਲਪਲਾਈਨ ਨੰਬਰ ਦਿੱਤੇ ਗਏ ਨੇ ਉਹ ਹੈਲਪਲਾਈਨ ਨੰਬਰ ਜਾਂ ਤਾਂ ਮਿਲਦੇ ਹੀ ਨਹੀਂ, ਅਤੇ ਜੇਕਰ ਮਿਲ ਵੀ ਜਾਂਦੇ ਨੇ ਤਾਂ ਨਾਲ ਦੀ ਨਾਲ ਜਿਹੜੀ ਹੈਗੀ ਹੈ ਗੱਲ ਸੰਬੰਧਿਤ ਅਧਿਕਾਰੀਆਂ ਦੇ ਵੱਲੋਂ ਕੱਟ ਦਿੱਤੀ ਜਾਂਦੀ ਹੈ। ਲੋਕਾਂ ਨੂੰ ਕਿਸ ਤਰੀਕੇ ਦੀਆਂ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਨੇ ਇਹਨਾਂ ਦਾ ਜਿਹੜਾ ਹੈਗਾ ਧਿਆਨ ਨਹੀਂ ਰੱਖਿਆ ਜਾ ਰਿਹਾ। ਸਰਕਾਰ ਨੂੰ ਵਾਰ ਵਾਰ ਇਹੀ ਬੇਨਤੀ ਕਿ ਕੋਈ ਗੱਲ ਨਹੀਂ, ਤੁਸੀਂ ਜਿਹੜਾ ਲੋਕਡਾਊਨ ਕਰ ਦਿੱਤਾ ਹੈਗਾ, ਕਰਫਿਊ ਲਗਾ ਦਿੱਤਾ ਹੈ, ਲੇਕਿਨ ਜਿਹੜੇ ਲੋਕਾਂ ਨੂੰ ਘਰਾਂ ਦੇ ਵਿੱਚ ਆਟਾ ਚਾਹੀਦਾ, ਦੁੱਧ ਚਾਹੀਦਾ, ਚੀਨੀ ਚਾਹੀਦੀ ਆ, ਚਾਹ ਪੱਤੀ ਚਾਹੀਦੀ ਆ, ਘਰ ਦੀਆਂ ਜਿਹੜੀਆਂ ਜ਼ਰੂਰੀ ਚੀਜ਼ਾਂ ਨੇ ਉਹ ਪਹੁੰਚਾਉਣ ਦੀ ਜਿਹੜੀ ਪੁਰਜ਼ੋਰ ਅਪੀਲ ਆ ਮੀਡੀਆ ਦੇ ਰਾਹੀਂ, ਅਸੀਂ ਸਰਕਾਰ ਨੂੰ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਲੋਕਾਂ ਦੀਆਂ ਜਿਹੜੀਆਂ ਮੁਸ਼ਕਿਲਾਂ ਨੂੰ ਸੁਣਿਆ ਜਾਵੇ। ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਜਿਹੜੇ ਹਾਲਾਤ ਪੈਦਾ ਹੋਏ ਨੇ, ਇੱਕ ਤਰੀਕੇ ਦੇ ਨਾਲ ਇਹੋ ਜਿਹੇ ਇੱਥੇ ਹਾਲਾਤ ਪੈਦਾ ਹੋ ਗਏ ਨੇ ਕਿ ਝਗੜਾ ਹੋਣ ਦੇ ਚਾਂਸਿਸ ਵੱਧ ਗਏ ਨੇ। ਕੈਮਰਾਮੈਨ ਸੋਨੂੰ ਜਾਂਸਵਾ ਦੇ ਨਾਲ ਮੈਂ ਹਰਦੀਪ ਕੌਰ ਵਿਰਕ, ਚੜ੍ਹਦੀ ਕਲਾ ਟਾਈਮ ਟੀਵੀ ਦੇ ਲਈ ਮੋਹਾਲੀ।